Karl Gisarianum, salam, namaste et bienvenue pour votre troisième cours de français. So, if you haven't watched my videos yet, I have put the links in the description box and here, you can click on there and watch them. It's very important. J'ai aussi mes liens pour les vidéos. N'ayez des clients, please, jour class attend karo kyunki us de vich main samjhaunni ha ki kis tarah apa french padhni hai main tuhanu naal di naal gurmukhi vich dassungi punjabi vich likhungi par je tusi proper padhna chahunde ha te tuhanu french padhni auni chahidi hai so ajj di class de vich apa sikhde ha ginti on va apprendre les chiffres et les nombres on y va 1 ਤੁਸੀਂ ਜ਼ਰੂਰ ਮੇਰੇ ਮਗਰ ਬੋਲਣਾ ਆ ਅਤੇ ਲਿਪਸ ਕਿਸ ਤਰ੍ਹਾਂ ਕਰਨੇ ਹੈਗੇ ਆ ਮੂੰਹ ਕਿਸ ਤਰ੍ਹਾਂ ਬਣਾਉਣਾ ਆ ਉਹ ਵੀ ਜ਼ਰੂਰ ਦੇਖਣਾ ਕਿਉਂਕਿ ਆਪਾਂ ਦੇਖਿਆ ਸੀ ਨਾ ਵਾਂ ਵਾਂ ਅਤੇ ਜਾਂਗਲ ਵਿੱਚ ਕਿੰਨਾ ਫਰਕ ਹੈ ਅਤੇ ਇੱਥੇ ਸੇਮ ਇੱਧਰ ਹੈਗਾ ਵਾ ਸੋ ਇਟਸ ਅਂ ਦੋ ਤ੍ਰੋਆ ਇੱਥੇ ਫਿਰ ਦੁਆਰਾ ਉਹ ਆਰ ਵਾਲਾ ਸਾਊਂਡ ਆ ਗਿਆ ਹੈਗਾ ਆ ਸੋ ਮੈਨੂੰ ਬਹੁਤਿਆਂ ਜਾਣਿਆਂ ਨੇ ਮੈਸੇਜ ਕੀਤੇ ਹੈਗੇ ਆ ਇੰਸਟਾਗ੍ਰਾਮ ਤੇ ਲੱਭ ਕੇ ਜਾਂ ਕਿਤੇ ਵੀ ਜਿੱਥੇ ਵੀ ਕਰ ਸਕਦੇ ਸੀਗੇ ਕਿ ਪਲੀਜ਼ ਸਾਨੂੰ ਆ ਆਰ ਵਾਲਾ ਸਿਆਪਾ ਸਾਡਾ ਮਕਾਓ ਸੋ ਬੇਸਿਕਲੀ ਮੈਂ ਇਹੀ ਕਹੂੰਗੀ ਮੈਂ ਬਹੁਤ ਸੋਚਿਆ ਕਿ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਮੈਂ ਇਹੀ ਕਹੂੰਗੀ ਕਿ ਜਦੋਂ ਤੁਸੀਂ ਥੁੱਕਦੇ ਆ ਨਾ ਇਦਾਂ ਆਪਾਂ ਗਲਾ ਰੜਕੀ ਜਾਂਦਾ ਥੁੱਕਣ ਤੋਂ ਪਹਿਲਾਂ ਸੋ ਉਹ ਜਿਹੜਾ ਸਾਊਂਡ ਹੈ ਨਾ ਉਹੀ ਕਰਨਾ ਆ ਹਰ ਵਾਰ ਬੋਲਣ ਵੇਲੇ ਸੋ ਕੋਈ ਕੁਝ ਕੁ ਲੋਕ ਕਹਿੰਦੇ ਹੈਗੇ ਆ ਕਿ ਤੁਸੀਂ ਖੱਖੇ ਨਾਲ ਲਿਖਦੇ ਆ ਕਰੋ ਸਹੀ ਗੱਲ ਆ ਕਿ ਰਾਰਾ ਆਪਾਂ ਇੱਥੇ ਜਦੋਂ ਰਾਰਾ ਕਹਿੰਦੇ ਹਾਂ ਸਾਡੀ ਜੀਭ ਹੁੰਦੀ ਹੈ ਦੰਦਾਂ ਦੇ ਕੋਲ ਰਾਰਾ ਤਾੜੂਏ ਨਾਲ ਲੱਗਦੀ ਹੈ ਦੰਦਾਂ ਕੋਲ ਹੁੰਦੀ ਹੈ ਪਰ ਜਦੋਂ ਆਪਾਂ ਖੱਖਾ ਬੋਲਦੇ ਹਾਂ ਥੋੜ੍ਹਾ ਪਿੱਛੇ ਚੱਲ ਜਾਂਦੀ ਹੈ ਸਹੀ ਗੱਲ ਹੈ ਖ ਪਰ ਉਹ ਹੈਗਾ ਇੱਥੇ ਖ ਅਤੇ ਹੈਗਾ ਉਹ ਰਾਰਾ ਹੀ ਹੈ ਸੋ ਫੋਰ ਐਗਜ਼ਾਮਪਲ ਜਿਹੜੇ ਸਪੈਨਿਸ਼ ਪੀਪਲ ਹੈਗੇ ਆ ਉਹਨਾਂ ਦੀ ਬੋਲੀ ਦੇ ਵਿੱਚ ਰ ਨਹੀਂ ਹੈਗਾ ਉਹਨਾਂ ਦੀ ਬੋਲੀ ਦੇ ਵਿੱਚ ਰ ਹੈਗਾ ਆ ਸੋ ਉਹ ਜਿਹੜੇ ਆਰ ਹੈਗੇ ਆ ਉਹਨਾਂ ਨੂੰ ਰ ਬੋਲਦੇ ਆ ਸੋ ਪ੍ਰੈਫਰੇਬਲ ਇਹੀ ਹੋਊਗਾ ਕਿ ਤੁਸੀਂ ਉਹਨੂੰ ਰ ਬੋਲ ਦਿਓ ਨਾ ਕਿ ਖ ਸੋ ਰਾਰੇ ਵਾਂਗ ਹੀ ਬੋਲ ਦਿਓ ਨਾ ਕਿ ਖੱਖੇ ਵਾਂਗ ਦੂਜੀ ਗੱਲ ਜੇ ਤੁਸੀਂ ਖੱਖੇ ਪੈਰ ਬਿੰਦੀ ਆਪਾਂ ਚੱਲ ਜਦੋਂ ਊੜਾ ਆੜਾ ਪੜ੍ਹਦੇ ਹਾਂ ਬਹੁਤੀ ਵਾਰ ਮੈਂ ਇਹੀ ਸੁਣਿਆ ਆ ਕਿ ਆਪਾਂ ਖੱਖੇ ਪੈਰ ਬਿੰਦੀ ਖਾ ਬੋਲੀ ਕਹਿ ਦਿੰਦੇ ਹਾਂ ਪਰ ਉਹ ਜਿਹੜੀ ਲਾਈਨ ਹੈਗੀ ਬਿੰਦੀਆਂ ਵਾਲੀ ਉਹ ਲਫ਼ਜ਼ ਪੜ੍ਹਨ ਨੂੰ ਆ ਜਿਹੜੇ ਕਿ ਹੋਰਨਾਂ ਬੋਲੀਆਂ ਤੋਂ ਆਏ ਹੈਗੇ ਆ ਪੰਜਾਬੀ ਦੇ ਵਿੱਚ ਸੋ ਜੇ ਖੱਖੇ ਪੈਰ ਬਿੰਦੀ ਖਾ ਬੋਲੇ ਆ ਜਿੱਦਾਂ ਕਿ ਖੁਦਾ ਸੋ ਤੁਸੀਂ ਉਹੀ ਖ ਵਰਤ ਲਓ ਖੱਖੇ ਪੈਰ ਬਿੰਦੀ ਵਾਲਾ ਖ ਹੈ ਨਾ ਸੋ ਇਹ ਆ ਗਿਆ ਹੁਣ ਆਪਾਂ ਫਿਰ ਦੁਬਾਰਾ ਇੱਥੇ ਗਿਣਤੀ ਵੱਲ ਆ ਜਾਈਏ ਥੋਆ ਥੋਆ ਕਿਉਂਕਿ ਇਹ ਵਾਲਾ ਸਾਊਂਡ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਉਹ ਈ ਬਣ ਜਾਂਦਾ ਹੈਗਾ ਆ ਓਆ ਓਆ ਊੜੇ ਨੂੰ ਔਂਕੜ ਐੜੇ ਨੂੰ ਕੰਨਾ ਓਆ ਸੋ ਇਟਸ ਥੋਆ ਤੇ ਜਦੋਂ ਐਸ ਬਿਲਕੁਲ ਐਂਡ ਤੇ ਹੁੰਦਾ ਆ ਉਹਨੂੰ ਮਿਊਟ ਕਰ ਦੇਈਦਾ ਪ੍ਰੋਨਾਊਂਸ ਨਹੀਂ ਕਰੀਦਾ ਇਹ ਫ੍ਰੈਂਚ ਦੇ ਵਿੱਚ ਬੜੀ ਵੱਡੀ ਸਮੱਸਿਆ ਆਉਣੀ ਆ ਤੁਹਾਨੂੰ ਕਿ ਜਿਹੜਾ ਐਸ ਆ ਉਹ ਮਿਊਟ ਰਹਿਣਾ ਆ ਜਦੋਂ ਲਫ਼ਜ਼ ਦੇ ਐਂਡ ਵਿੱਚ ਹੁੰਦਾ ਆ ਸੋ ਬੈਕ ਟੂ ਥੋਆ ਥੋਆ ਨੇ ਬੜਾ ਕੁਛ ਸਿਖਾਤਾ ਸਾਨੂੰ ਔਨਸੁਈਟ ਕੈਥ ਇੱਥੇ ਸੇਮ ਹਰ ਵਾਰੀ ਮੈਨੂੰ ਕਹਿੰਦੇ ਆ ਕਿ ਦਲਾਂ ਪੈਂਦੀਆਂ ਕੈਥ ਨੋ ਕੈਥ ਆਪਾਂ ਦੇਖਿਆ ਆ ਜਦੋਂ ਆ ਹੁੰਦੀ ਹੈ ਤੇ ਕੰਨੇ ਬਰਾਬਰ ਹੁੰਦੀ ਹੈ ਸੋ ਕੈਥ ਤੁਹਾਨੂੰ ਲੱਗਦਾ ਹੋਊਗਾ ਕਿ ਮੈਂ ਕੈਥ ਕਹਿ ਰਹੀ ਹਾਂ ਜਾਂ ਕੈਥ ਕਹਿ ਰਹੀ ਹਾਂ ਥੱਥੇ ਨਾਲ ਹੈ ਨਾ ਨੋ ਕੈਥ ਕੈਥ ਸਾਂਕ ਸਾਂਕ ਇੱਥੇ ਉਹੀ ਵਾਂ ਵਾਲਾ ਸਾਊਂਡ ਈ ਐਨ ਮਤਲਬ ਕਿ ਆਂ ਸਾਂਕ ਸਾਂਕ ਸਿਸ ਸੈਟ ਇੱਥੇ ਸੈਟ ਵਿੱਚ ਪਤਾ ਨਹੀਂ ਕਿਹੜੇ ਬੰਦੇ ਨੇ ਸੋਚਿਆ ਕਿ ਇਹਦੀ ਪੀ ਪਾ ਦਿੰਦੇ ਹਾਂ ਵਿੱਚ ਉਹ ਬੋਲਣੀ ਨਹੀਂ ਹੈਗੀ ਪਰ ਲਿਖਣੀ ਜ਼ਰੂਰ ਹੈ ਸੈਟ ਨੋਰਮਲੀ ਜਿਹੜੀ ਟੀ ਆ ਉਹ ਮਿਊਟ ਹੀ ਹੁੰਦੀ ਹੈ ਫ੍ਰੈਂਚ ਦੇ ਵਿੱਚ ਜਦੋਂ ਐਂਡ ਤੇ ਆਉਂਦੀ ਸੇਮ ਐਸ ਵਾਲਾ ਹਿਸਾਬ ਹੈ ਉਹਦਾ ਪਰ ਇੱਥੇ ਬੋਲਣੀ ਆ ਬਹੁਤ ਬਹੁਤ ਇਰੈਗੂਲੈਰਿਟੀਜ਼ ਹੈਗੀਆਂ ਨੇ ਫ੍ਰੈਂਚ ਦੇ ਵਿੱਚ ਅਤੇ ਉਹਨਾਂ ਨੂੰ ਤੁਸੀਂ ਹੌਲੀ ਹੌਲੀ ਜਾਣਨ ਲੱਗ ਜਾਓਗੇ ਸੋ ਸੈਟ ਵਿਚ ਯੂ ਈ ਸੋ ਪਹਿਲੀ ਗੱਲ ਤਾਂ ਆਪਾਂ ਦੇਖਿਆ ਸੀ ਕਿ ਐਚ ਜਿਹੜਾ ਹੈਗਾ ਉਹ ਮਿਊਟ ਹੁੰਦਾ ਆ ਉਹ ਪਹਿਲੇ ਲੈਸਨ ਵਿੱਚ ਸੀਗਾ ਸੋ ਐਚ ਮਿਊਟ ਆ ਸੋ ਰਹਿ ਗਿਆ ਯੂ ਈ ਟੀ ਅਤੇ ਯੂ ਈ ਉਹ ਵੀ ਆਪਾਂ ਪਹਿਲੇ ਲੈਸਨ ਵਿੱਚ ਦੇਖਿਆ ਸੀਗਾ ਉਹ ਈਜ਼ੀ ਹੈਗਾ ਆ
I bolunia te bella U bolke fe I bolunia. So 8. Ensuite 9. E. Œuf. 9. You wala sound E bolidaya. So E. 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 थोड़ा जहा फर्क है हौली हौली थोड़ी पकड़ में चलूगा. 9 10 इथे एक्स एंड ते पर उनु एस बोलना है. 10 जड़ी एक्स है गया बहुत ही लफ्ज़ां वास्ते प्लूरल दा निशान हुंदी है ते ज्यादातर इनु पढ़ी दा नहीं है पर इथे बोलनी पड़नी है. सो 10 लेट्स गो 1 2 3 4 5 6 7 8 9 10 1 2 3 4 5 6 7 8 9 10 ਤੁਸੀਂ ਜਿੰਨਾ ਹੋ ਸਕਦਾ ਹੈ ਮੇਰੇ ਮਗਰ ਬੋਲਿਆ ਕਰੋ ਜਿੰਨੀ ਤੁਸੀਂ ਕੋਸ਼ਿਸ਼ ਕਰੋਗੇ ਉਨਾ ਹੀ ਵਧੀਆ ਹੋਊਗਾ. ਸੋ 1 2 3 4 5 6 7 8 9 10 Maintenant, level up. 11 O N sound yaad hai na? Om bandanda hode te bindi nasal sound. 11 12 13 14 15 same 15 16 17 So, tu sais, evi dekhna zaroor hai gaya ki kis tarah likhde hain. 17 18 Ethe jehda ya apan liaison kar deni hai gi ya x te u naal h nu kat dena ya so is karke z ban jana hai. 18 19 20 20 So, is to baad aana hai gaya 20 to baad 21 So, jadi T and L unu apan liaison kar dena ya kyunki vowel naal shuru hunda sa agla lafz normalement c'est 20 et 1 normally hai ga 20 et 1 21 par kyunki consonant end kar di te dooje passe hai ga ya ek vowel shuru karda lafz so apan liaison kar deni 21 22 23 24 25 26 28 29 30 31 so ete en wala sound on jeta hai na 30 en en knorete bindi so 30 31 32 33 34 35 36 38 39 40 So basically ki ya ke jadon vi apan level up kari daya 20 30 40 50 jehda agla aana hunda ya matlab 41 etc jehda 41 51 oh e lagna hunda baki sareyan te nahi lagna hai ga jani ke 21 31 41 51 inna sareyan nu lagna ya 61 par bakiyan de e jani ke end nahi lagna so 40, 41, 42, 43, 44, 45, 46, 47, 48, 49, 50, 50, 51, 52, 53, 54, 55, 56, 57,
58, 59, 60. Ete o I wala sound jiddaga main thonu samjhaya hai wa ban janda hai. So 61, 62, 63, 64, 65, 66, 67, 68, 69. Okay, so ਇੱਥੇ ਥੋੜਾ ਜਿਹਾ ਕੰਪਲਿਕੇਟਡ ਬਣ ਜਾਂਦਾ ਹੈ ਕੰਮ ਬੈਲਜੀਅਮ ਦੀ ਫ੍ਰੈਂਚ ਥੋੜੀ ਡਿਫਰੈਂਟ ਹੈ ਉੱਥੇ ਉਹਨਾਂ ਨੇ ਕਹਿਣਾ ਹੈ 70 ਪਰ ਫ੍ਰਾਂਸ ਦੇ ਵਿੱਚ ਆਪਾਂ ਕਹਿੰਦੇ ਹੈਗੇ ਆ 70 ਮਤਲਬ 60 ਤੇ 10 ਫਿਰ ਗਿਣਤੀ ਇਸ ਤਰ੍ਹਾਂ ਹੈਗੀ ਹੈ 70 71 72 73 74 75 76, 77, 78, 79, et on arrive à Stevie Tora Ajivji Hagaya Paru Sari Passea, except for Jury Switzerland, which French Polijandia Ute Octant Kendia, but even Belgium, Jean France, which Kogue 80, Janike. 4 guna B 80 I don't know kidron aya in the logic but estranien so 80 assi 80 81 82 83 84 85 86 87 88 89 et là pareil normally dans notre idea something else but it's 90 Belgium di French vi chauga 90 the Switzerland di French vi 90 yauga ok it's France alien qui t'aga 89 tomba dans la regaya 90 so it's like 4 guna b plus 10 90, 91, 92, 93, 94, 95, 96, 97, 98, 99, 100. Fou, 100 d'accord, je gagne. So it's 100. End the T, lag dia, parapin, prononce. ਨਹੀਂ ਕਿਉਂਕਿ ਐਂਟੇ ਹੈਗੀ ਹੈ ਤੇ ਐਂਟੇ ਜਦੋਂ ਟੀ ਆਉਂਦੀ ਤੇ ਉਹ ਕੀ ਹੁੰਦੀ ਆ ਮਿਊਟ ਹੁੰਦੀ ਆ ਕਿਬੈਕ ਵਿੱਚ ਮੌਂਟਰੀਅਲ ਵਿੱਚ ਤੁਸੀਂ ਮੋਸਟਲੀ ਫਰਾਂਸ ਵਾਲੀ ਗਿਣਤੀ ਯੂਜ ਕਰਨੀ ਆ ਤੇ ਪਰ ਤੁਹਾਨੂੰ ਕਿਤੇ ਕਿਤੇ ਕੋਈ ਨਾ ਕੋਈ ਕਹਿ ਸਕਦਾ ਆ 90 ਤੇ 70 ਸੋ ਜਸਟ ਲਾਈਕ ਇਨ ਬੈਲਜੀਅਮ ਸੋ ਬੇਸਿਕਲੀ ਇੱਥੇ ਤੱਕ ਤੁਸੀਂ ਗਿਣਤੀ ਪਹਿਲਾਂ ਯਾਦ ਕਰੋ ਤੁਸੀਂ ਇਹਨੂੰ ਪਲੀਜ਼ ਰਿਪੀਟ ਕਰੋ ਮੇਰੇ ਮਗਰ ਬੋਲੋ ਦੁਆਰਾ ਮੇਰੀ ਵੀਡੀਓ ਲਾ ਲਓ ਅਤੇ ਤੁਸੀਂ ਇਹਨੂੰ ਪਲੀਜ਼ ਜ਼ਰੂਰ ਯਾਦ ਕਰਨਾ ਹੈਗਾ ਆ ਕਿਉਂਕਿ ਜਦੋਂ ਆਪਾਂ ਉਮਰ ਦੱਸਣੀ ਆ ਜਾਂ ਜਦੋਂ ਆਪਾਂ ਰੇਟ ਪੁੱਛਣਾ ਹੈਗਾ ਆ ਜਾਂ ਆਪਾਂ ਰੇਟ ਦੱਸਣਾ ਆ ਜਾਂ ਕੁਛ ਵੀ ਕਰਨਾ ਹੈਗਾ ਆ ਤਾਂ ਸਾਨੂੰ ਗਿਣਤੀ ਦੀ ਲੋੜ ਪੈਣੀ ਆ ਅਤੇ ਤੁਸੀਂ ਜ਼ਰੂਰ ਆ ਸਾਰਾ ਕੁਛ ਯਾਦ ਰੱਖਣਾ ਅਤੇ ਆਰ ਦੀ ਟ੍ਰੇਨਿੰਗ ਵੀ ਪੂਰੀ ਕਰੋ ਸਵੇਰੇ ਜਦੋਂ ਗਰਾਰੇ ਕਰਦੇ ਹੁੰਦੇ ਜਾਂ ਕੁਛ ਵੀ ਕਰਦੇ ਆ ਤੁਸੀਂ ਪਲੀਜ਼ ਜ਼ਰੂਰ ਇੱਕ ਵਾਰੀ ਜ਼ਰੂਰ ਕਰਨਾ ਹੈਗਾ ਆ ਅਤੇ ਉਹੀ ਫਿਰ ਲਫ਼ਜ਼ਾਂ ਵਿੱਚ ਦੇ ਦੇਣਾ ਸੱਚ ਐਸ 3 4 ਫਿਰ ਉਹ ਜਦੋਂ ਆਪਾਂ ਜ਼ਿਆਦਾ ਕਰੋੜ ਕੇ ਕਹਿਣਾ ਹੈਗਾ 3 ਪਰ ਇੱਥੇ ਫਿਰ ਜਦੋਂ ਇੱਕ ਵਾਰੀ ਤੁਹਾਨੂੰ ਆ ਗਿਆ ਕਰਨਾ ਫਿਰ ਤੁਸੀਂ ਆਪੇ ਸਲਾਈਟਲੀ ਉਹਨੂੰ ਥੋੜ੍ਹਾ ਜਿਹਾ ਮਲੈਮ ਕਰ ਲਿਓ 3 4 Et voilà pour aujourd'hui. J'espère que ce cours vous a été utile. Ok, so tous ces botanes, mais nous ici qui a regardé, qui please tous ces autres vidéos upload karya karo. So ici couche je cadre une vie, j'ai atteint le but mien, taki paye par. Agar nahi paye, to nahi paye, nahi ta 4 baje roj normally to new video milugi. ਫਰੈਂਚ ਸਿੱਖਣ ਵਾਸਤੇ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਵੀ ਕਰਨਾ ਅਤੇ ਜੇ ਕੋਈ ਫਰੈਂਚ ਸਿੱਖਣ ਦਾ ਚਾਹਵਾਨ ਹੈਗਾ ਆ ਪਲੀਜ਼ 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 ਉਹਨੂੰ ਇੱਧਰ ਮੇਰੇ ਵੱਲ ਭੇਜਣਾ ਚੈਨਲ ਵੱਲ ਐਂਡ ਜੇ ਕੋਈ ਵੀ ਤੁਹਾਡੇ ਕੋਲ ਸੁਜੈਸਟਨ ਰਿਕੁਐਸਟ ਕੁਐਸਚਨ ਐਨੀਥਿੰਗ ਯੂ ਨੋ ਦ ਗੇਮ ਯੂ ਗੋ ਟੂ ਦ ਕਮੈਂਟ ਬਾਕਸ
And I think that's pretty it. Je pense qu'on a fini. Je pense qu'on a fini. I think that we are done. Mais nous l'agda que classe mon cookie. Bye!